ਜਦੋਂ ਜਿਉਂ ਹੀ ਮੈਂ ਸੜਕ ਪਾਰ ਕਰਨ ਲੱਗਾ ਉਹਨਾਂ ਨੇ ਭੱਜ ਕੇ ਆ ਕੇ ਇੱਕ ਮਾਰਿਆ ਮੇਰੇ ਮੋਟਰਸਾਈਕਲ ਦੇ ਲੈਟ ਤੇ ਬੇਸਬਾਲ, ਦੂਸਰੇ ਮੇਰੇ ਸਿਰ ਤੇ ਕਿਰਪਾਨ ਮਾਰੀ। ਜਦ ਉਸਨੇ ਮੇਰੇ ਧੌਣ ਤੇ ਵਾਰ ਕਰਨਾ ਸ਼ੁਰੂ ਕੀਤਾ ਤੇ ਮੇਰੇ ਬੇਟੇ ਨੇ ਅੱਗੇ ਹੱਥ ਕਰ ਲਿਆ, ਉਹਦੀਆਂ ਉਂਗਲਾਂ ਕੱਟੀਆਂ ਗਈਆਂ। ਉਹ ਬੰਦੇ ਭੱਜ ਗਏ। ਇੱਕ ਮੁਲਾਜ਼ਮ ਨਹੀਂ ਸੇਫ ਹੈਗਾ ਤੇ ਦੱਸੋ ਹੋਰ ਇੱਥੇ ਆਮ ਬੰਦੇ ਦਾ ਕੀ ਹਾਲ ਹੋਊਗਾ। ਪੰਜਾਬ ਦੇ ਵਿੱਚ ਆਏ ਦਿਨ ਲੁੱਟਾਂ ਖੋਹਾਂ ਕਤਲ ਚੋਰੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਅਜਿਹੇ 'ਚ ਤੁਹਾਨੂੰ ਦੱਸ ਦਈਏ ਕਿ ਹੁਣ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਨਾਲ ਲੱਗਦੇ ਪਿੰਡ ਬੂਟੇਵਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਵਿਭਾਗ ਦੇ CID ਵਿਭਾਗ ਦੇ ਵਿੱਚ ਹੈੱਡ ਕਾਂਸਟੇਬਲ ਦੇ ਉੱਤੇ ਅਤੇ ਉਸਦੇ ਪੁੱਤ ਦੇ ਉੱਤੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੇ ਵਿੱਚ ਦੋਵੇਂ ਪਿਓ ਪੁੱਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ। ਪੀੜਿਤ ਹੈੱਡ ਕਾਂਸਟੇਬਲ ਨੇ ਦੱਸਿਆ ਕਿ ਉਹ ਘਰ ਤੋਂ ਦੂਰ ਬਾਈਪਾਸ ਦੇ ਕੋਲ ਬਣੀ ਇੱਕ ਡੇਅਰੀ ਦੇ ਵਿੱਚ ਦੁੱਧ ਪਾ ਕੇ ਕਰੀਬ 6:30 ਸ਼ਾਮ ਨੂੰ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਅਣਪਛਾਤੇ 6 ਵਿਅਕਤੀਆਂ ਦੇ ਵੱਲੋਂ ਉਸਦੇ ਉੱਤੇ ਕਿਰਪਾਨਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਫਿਲਹਾਲ ਉਸਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਹਾਂਜੀ, ਮੇਰਾ ਨਾਮ ਗੁਰਦਰਸ਼ਨ ਸਿੰਘ ਆ, ਮੈਂ CID ਡਿਪਾਰਟਮੈਂਟ 'ਚ ਡਿਊਟੀ ਕਰਦਾ। ਕੱਲ੍ਹ ਸ਼ਾਮ 6:30 ਦੀ ਗੱਲ ਆ, ਜਦੋਂ ਮੈਂ ਦੁੱਧ ਪਾ ਕੇ ਪਿੰਡੋਂ ਵਾਪਸ ਆ ਰਿਹਾ ਸੀ, ਕੁਛ ਅਣਪਛਾਤੇ ਬੰਦੇ ਮੈਨੂੰ ਜਦੋਂ ਸੜਕ ਕਰੋਸ ਕਰਨ ਲੱਗਾ, ਮੇਰੇ ਨਾਲ ਮੇਰਾ ਬੇਟਾ ਸੀ, ਉਹਨੂੰ ਮੈਂ ਦਿਸੇ, ਮੈਂ ਕਿਹਾ ਇਹ ਤਾਂ ਬੰਦੇ ਅਣਪਛਾਤੇ, ਇਹਨਾਂ ਹੱਥ 'ਚ ਕਿਰਪਾਨਾਂ ਅਤੇ ਗੰਡਾਸੇ, ਉਹਦਾ ਆਪਣੀ ਕਿਹੜਾ ਕਿਸੇ ਨਾਲ ਦੁਸ਼ਮਣੀ ਆ। ਅਤੇ ਜਦੋਂ ਜਿਉਂ ਹੀ ਮੈਂ ਸੜਕ ਪਾਰ ਕਰਨ ਲੱਗਾ ਉਹਨਾਂ ਨੇ ਭੱਜ ਕੇ ਆ ਕੇ ਇੱਕ ਮਾਰਿਆ ਮੇਰੇ ਮੋਟਰਸਾਈਕਲ ਦੇ ਲੈਟ ਤੇ ਬੇਸਬਾਲ, ਦੂਸਰੇ ਮੇਰੇ ਸਿਰ ਤੇ ਕਿਰਪਾਨ ਮਾਰੀ, ਉਸਨੇ ਮੈਂ ਡਿੱਗ ਪਿਆ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਅਣਗਿਣਤ ਵਾਰ ਕੀਤੇ, ਮੇਰੇ ਬੇਟੇ ਨੇ ਮੈਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਫਿਰ ਜਦ ਇੱਕ ਉਹਨੇ ਟਾਈਮ ਨੂੰ ਸੜਕ 'ਚ ਆਵਾਜਾਈ, ਨੈਸ਼ਨਲ ਹਾਈਵੇ 54 ਦੀ ਇਹ ਗੱਲ ਆ, ਗੁਰਦੁਆਰੇ ਬੂਟੇ ਵਾਲੀ ਬਸਤੀ ਸਾਹਮਣੇ, ਉਹਨੇ ਟਾਈਮ ਨੂੰ ਇੱਕ ਬੰਦਾ ਸੜਕ ਕਰੋਸ ਕਰਕੇ ਆ ਗਿਆ, ਉਹ ਭੱਜ ਗਿਆ, ਭੱਜਣ ਲੱਗੇ ਨੇ। ਜਦ ਉਸਨੇ ਮੇਰੇ ਧੌਣ 'ਤੇ ਵਾਰ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਬੇਟੇ ਨੇ ਅੱਗੇ ਹੱਥ ਕਰ ਲਿਆ, ਉਹਦੀਆਂ ਉਂਗਲਾਂ ਕੱਟੀਆਂ ਗਈਆਂ, ਉਹ ਬੰਦੇ ਭੱਜ ਗਏ। ਇਹ ਹੁਣ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਗੱਲ ਕਿ ਇੱਕ ਮੁਲਾਜ਼ਮ ਨਹੀਂ ਸੇਫ ਹੈਗਾ ਤੇ ਦੱਸੋ ਹੋਰ ਇੱਥੇ ਆਮ ਬੰਦੇ ਦਾ ਕੀ ਹਾਲ ਹੋਊਗਾ। ਇੱਥੇ ਮੁਲਾਜ਼ਮਾਂ ਦੇ ਨਾਲ ਸ਼ਰੇਆਮ ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ, CID ਦਾ ਮੁਲਾਜ਼ਮ ਆ, ਮੇਰੀ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਲਾਗ ਡਾਟ ਨਹੀਂ, ਕੋਈ ਕੁਛ ਨਹੀਂ। ਇੱਕ 25 ਤਰੀਕ ਨੂੰ ਮੇਰੇ ਨਾਲ ਇਸ ਤਰ੍ਹਾਂ ਹੀ ਵਾਕਿਆ ਹੋਇਆ, 25 ਤਰੀਕ ਨੂੰ ਵੀ ਇਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਅਣਪਛਾਤੇ ਬੰਦੇ ਆ, ਪਤਾ ਨਹੀਂ ਕਿਸ ਗੱਲ ਤੋਂ ਮੇਰੇ ਮਗਰ ਪੈ ਰਹੇ ਆ। ਬਾਕੀ ਸਾਡੇ SHO ਸਾਹਿਬ ਸਦਰ ਕਾਰਵਾਈ ਕਰ ਰਹੇ, ਬਹੁਤ ਵਧੀਆ ਅਫਸਰ ਆ। ਮੈਂ ਤਾਂ ਇਲਾਕੇ ਦੇ ਲੀਡਰਾਂ ਤੋਂ ਵੀ ਇਹ ਮੰਗ ਕਰਦਾ ਕਿ ਕੋਈ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਜਾਵੇ, ਇੱਕ ਚੰਗੇ ਅਫਸਰਾਂ ਨੂੰ ਇਹ ਪੂਰੀ ਖੁੱਲ੍ਹ ਦਿੱਤੀ ਜਾਵੇ, ਗੁੰਡਾਂਸਰ ਨੂੰ ਕਾਬੂ ਪਾਇਆ ਜਾਵੇ, ਇਹਨਾਂ ਦੀ ਕੋਈ ਸਿਫਾਰਿਸ਼ ਨਾ ਕੀਤੀ ਜਾਵੇ। ਪੁਲਿਸ ਜਦੋਂ ਫੜ ਕੇ ਲਿਆਉਂਦੀ ਆ ਤੇ ਇਹਨਾਂ ਨੂੰ ਕੋਈ ਵੀ ਲੀਡਰ ਇਹੋ ਜਿਹੇ ਬੰਦਿਆਂ ਪਿੱਛੇ ਫੋਨ ਨਾ ਕਰੇ ਤਦ ਹੀ ਸੁਧਾਰ ਹੋਊਗਾ, ਨਹੀਂ ਤੇ ਆਮ ਬੰਦਿਆਂ ਦੇ ਜਿਉਂ ਮੇਰੇ ਨਾਲ ਹੋਇਆ, ਹੁਣ ਤਾਂ ਬਸ ਇੱਕ ਅੱਤਵਾਦ ਹੀ ਚੱਲ ਪਿਆ, ਕਿਸੇ ਹਰ ਇੱਕ ਬੰਦੇ ਦੇ ਨਾਲ ਲੁੱਟ ਖੋ। ਸਾਡੇ ਇਸ ਸੜਕ ਦੇ ਨੈਸ਼ਨਲ ਹਾਈਵੇ 'ਚ ਰਹਿੰਦੇ ਜਾਂ ਡੇਲੀ ਲੁੱਟ ਖੋ ਹੁੰਦੀ ਆ। ਉਧਰ ਇਸ ਮਾਮਲੇ ਦੇ ਵਿੱਚ SHO ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ, ਇੱਕ ਮਾਮਲਾ ਸਾਹਮਣੇ ਆਇਆ ਕੱਲ੍ਹ ਸ਼ਾਮ ਨੂੰ, ਵਕਤ ਕਰੀਬ 6:30 6:00 ਕੌਂਸਟੇਬਲ ਗੁਰਦਰਸ਼ਨ ਸਿੰਘ ਜਿਹੜਾ ਇੱਥੇ ਜੀਰੇ ਰਹਿੰਦਾ ਅਤੇ ਪਿੰਡ ਮਲਸੀਆਂ ਕਲਾਉਣ ਅਤੇ ਡੇਅਰੀ 'ਤੇ ਦੁੱਧ ਪਾਉਣ ਜਾਂਦਾ ਸੀ, ਜਦੋਂ ਦੁੱਧ ਪਾ ਕੇ ਆਪਣੇ ਬੇਟੇ ਨਾਲ ਵਾਪਸ ਆ ਰਿਹਾ ਸੀ ਮੋਟਰਸਾਈਕਲ 'ਤੇ, ਅਤੇ 2 ਮੋਟਰਸਾਈਕਲਾਂ 'ਤੇ ਸੀਗੀ ਜਿਨ੍ਹਾਂ ਦੇ ਮੂੰਹ ਬੰਨੇ ਸੀ, ਉਹਨਾਂ ਨੇ ਇਹਦੇ 'ਤੇ ਕਿਰਪਾਨ ਦਾ ਵਾਰ ਕੀਤਾ ਜਿਹੜਾ ਇਹਦੇ ਸਿਰ 'ਤੇ ਲੱਗਾ। ਉਹਦੀ ਹੁਣੇ MLR ਮਸੂਰ ਹੋਈ ਹੈ, ਉਹਦੀ ਸਟੇਟਮੈਂਟ ਲੈ ਕੇ ਜੋ ਵੀ ਜੈਸੀ ਸੂਰਤ ਹੋਏਗੀ ਉਹ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਫਿਲਹਾਲ ਪੀੜਤ ਗੁਰਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਸਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ, ਪਰ ਮੋਟਰਸਾਈਕਲ ਸਵਾਰ 6 ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸਦੇ ਉੱਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਉਸਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਵੱਜੀਆਂ ਨੇ। ਉਸਨੇ ਸਵਾਲ ਵੀ ਖੜੇ ਕੀਤੇ ਕਿ ਜੇਕਰ ਇੱਕ ਪੁਲਿਸ ਮੁਲਾਜ਼ਮ ਹੀ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਤਾਂ ਆਮ ਲੋਕ ਸੁਰੱਖਿਅਤ ਕਿੱਥੋਂ ਹੋਣਗੇ। ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਅਤੇ CID ਵਿਭਾਗ ਦੇ ਹੈੱਡ ਕਾਂਸਟੇਬਲ ਦੇ ਉੱਤੇ ਕਿਸ ਦੇ ਵੱਲੋਂ ਅਤੇ ਕਿਸ ਵਜ੍ਹਾ ਦੇ ਕਰਕੇ ਹਮਲਾ ਕੀਤਾ ਗਿਆ ਹੈ। ਫਿਰੋਜ਼ਪੁਰ ਤੋਂ ਪਰਮਜੀਤ ਸੁਖਾਣਾ, ਪੰਜਾਬੀ ਲੋਕ ਚੈਨਲ।